ਕੀ ਨਾਂ ਕੀ ਆਪਣਾ ਜੀ? ਮੇਰਾ ਨਾਮ ਕੀ ਰਵੀ ਹੈ ਜੀ। ਜਿਹੜਾ ਭਾਜੀ ਅੱਜ ਐਲੀਗੇਸ਼ਨ ਲੱਗ ਰਿਹਾ ਉਹਦਾ ਕੀ ਮਾਮਲਾ, ਕੀ ਦੱਸਿਓ। ਮੈਂ ਤਾਂ ਦੇਖੋ ਜੀ ਇੱਥੇ ਰਹਿੰਦਾ ਆਪਣਾ ਗੋਡਾਊਨ ਦੇ ਵਿੱਚ ਹੀ। ਅੱਛਾ ਜੀ, ਦੇਖ ਰਹੇ ਇੱਥੇ ਕਰਦੀ ਆ। ਠੀਕ ਹੈ ਜੀ। ਬਾਕੀ ਇਹ ਜਿਹੜੇ ਐਲੀਗੇਸ਼ਨ ਲਾ ਰਹੇ ਆ ਕਿ ਇਹ ਗੈਸ ਕੱਢਦੇ ਪਏ, ਇਹ ਸਰਾਸਰ ਗਲਤ ਆ। ਅੱਛਾ ਜੀ। ਇਹ ਜਾਣ ਬੁੱਝ ਕੇ ਸਾਡੇ ਵਰਕਰਾਂ ਦਾ ਤੇ ਸਾਡੀ ਏਜੰਸੀ ਦਾ ਨਾਮ ਮਤਲਬ ਖਰਾਬ ਕਰਨਾ ਚਾਹੁੰਦੇ ਆ। ਠੀਕ ਹੈ ਜੀ। ਸਾਡੇ ਤਾਂ ਮਾਲਕਾਂ ਵੱਲੋਂ ਵੀ ਇਹੀ ਸੁਨੇਹਾ ਆ ਤੇ ਸਾਡੇ ਵੱਲ ਵੀ ਇਹ ਸੁਨੇਹਾ ਕਿ ਹਰ ਬੰਦੇ ਨੂੰ ਸਿਲੰਡਰ ਮਤਲਬ ਤੋਲ ਕੇ ਦੇਣਾ ਚਾਹੀਦਾ। ਠੀਕ ਹੈ ਜੀ। ਤੋਲ ਕੇ ਲਵੋ, ਆਪਣੇ ਜੋ ਵੀ ਗੈਸ ਹੈ ਉਹ ਸਾਰੀ ਪੂਰੀ ਹੋਣੀ ਚਾਹੀਦੀ ਹੈ, ਸੀਲ ਬੰਦ ਹੁੰਦੀ ਆ। ਠੀਕ ਹੈ ਜੀ। ਇਹ ਤਾਂ ਐਵੇਂ ਜਾਣ ਬੁੱਝ ਕੇ ਖਰਾਬੀ ਕਰਦੇ ਆ ਜੀ। ਇਹ ਜਿਹੜਾ ਤੁਹਾਡੇ ਜਿਹੜਾ ਉਹਨਾਂ ਵੱਲੋਂ ਤੁਹਾਡੇ ਤੇ ਹੀ ਕੀ ਐਲੀਗੇਸ਼ਨ ਲੱਗ ਰਿਹਾ ਆ ਵੀ ਜਿਹੜਾ ਰਣਵੀਰ ਗੈਸ ਏਜੰਸੀ ਦੇ ਵੱਲੋਂ ਜਿਹੜਾ ਇਹ ਜਿਹੜਾ ਕੰਮ ਕੀਤਾ ਜਾਂਦਾ ਗੈਸ ਜਿਹੜੀ ਆ ਤੋਲ ਘੱਟ ਨਿਕਲਦਾ, ਇਹਦੇ ਬਾਰੇ ਕੁਛ ਕਹਿਣਾ ਚਾਹੁੰਦੇ? ਇਹ ਸਰਾਸਰ ਗਲਤ ਹੈ ਜੀ। ਇਹ ਜਾਣਬੁੱਝ ਕੇ ਬਦਨਾਮੀ ਕਰਨ ਦਾ ਕਰਕੇ ਐਲੀਗੇਸ਼ਨ ਲਗਾ ਰਿਹਾ। ਜਿੱਦਾਂ ਕਿ ਇਹ ਜਿਹੜੇ ਬੰਦੇ ਹੈਗੇ ਆ ਜਿਹਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਆ, ਇਹ ਕੋਈ ਤੁਹਾਡੀ ਨੌਲੇਜ ਵਿੱਚ ਹੈ, ਕੋਈ ਜਾਣ ਪਹਿਚਾਣ 'ਚ ਹੈ ਵੀ ਕੌਣ ਹੈ? ਨਹੀਂ ਜੀ, ਮੈਨੂੰ ਤਾਂ ਪਹਿਲੀ ਵਾਰੀ ਪਤਾ ਲੱਗਾ। ਇਹ ਆਪਣੇ ਆਪ ਨੂੰ ਮੁੰਡਿਆਂ ਦੇ ਕੋਲੋਂ ਸੁਣਿਆ, ਡਿਲੀਵਰੀ ਬੋਆਏ ਦੇ ਕੋਲੋਂ, ਕਿ ਆਪਣੇ ਆਪ ਨੂੰ ਪੱਤਰਕਾਰ ਦੱਸਦੇ ਆ। ਅੱਛਾ। ਸਿਲੰਡਰ ਖੋਂਦੇ ਇਹ ਅੱਜ ਵੀ ਇਹਨਾਂ ਨੇ ਬੰਬੇ ਨਗਰ ਦੇ ਕੋਲ ਸਾਡੇ ਵਰਕਰ ਨੂੰ ਇਹ ਘੇਰ ਕੇ ਤੇ ਉਹਦੇ ਕੋਲੋਂ 2960 ਰੁਪਏ ਤੇ 2 ਸਿਲੰਡਰ ਖੋਏ ਤੇ ਉਹਨੇ ਰੌਲਾ ਪਾਇਆ ਤੇ ਪਬਲਿਕ ਨੇ ਆਣ ਕੇ ਛਡਵਾਇਆ ਤੇ ਉਹਨਾਂ ਨੂੰ ਪਬਲਿਕ ਨੇ ਹੀ ਕੁੱਟਮਾਰ ਕੀਤੀ ਆ। ਤੇ ਉਹਨਾਂ ਵੱਲੋਂ ਜਿਹੜਾ ਇਲਜ਼ਾਮ ਲਗਾਏ ਜਾ ਰਹੇ, ਜਿਹੜੇ 3 ਵਿਅਕਤੀਆਂ ਨੇ ਮੈਨੂੰ ਕੁੱਟਮਾਰ ਕੀਤੀ ਆ ਤੇ ਹੋਰ ਵੀ ਜਿਹੜੇ 10-15 ਜਿਹੜੇ ਦੱਸ ਰਹੇ, ਉਹਦੇ ਬਾਰੇ ਕੀ? ਉਹ ਪਬਲਿਕ ਹੀ ਆ ਜੀ। ਪਬਲਿਕ ਹੀ ਆ ਤੁਹਾਡੇ ਵਿੱਚੋਂ? ਯਾਨੀ ਕਿ ਤੁਹਾਡਾ ਕੋਈ ਵੀ ਵਰਕਰ ਜਿਹੜਾ ਉਹ ਇਸ ਵੇਲੇ ਨਹੀਂ ਸੀਗਾ ਮੌਕੇ ਤੇ ਮੌਜੂਦ? ਉਹ ਬਾਅਦ ਵਿੱਚ ਪਹੁੰਚ ਗਿਆ ਸਾਰੇ ਜਾਣੇ, ਉਹਨਾਂ ਨੇ ਇਨਫੋਰਮ ਕੀਤਾ ਤੇ ਬਾਅਦ ਵਿੱਚ ਪਹੁੰਚ ਗਏ ਸਾਰੇ ਅਸੀਂ। ਜਿੱਦਾਂ ਇੱਕ ਚੀਜ਼ ਹੋਰ ਸਪਸ਼ਟ ਕਰਨਾ ਚਾਹੋਗੇ, ਜਿਵੇਂ ਤੁਸੀਂ ਦੱਸ ਰਹੇ ਹੋ ਵੀ ਪੱਤਰਕਾਰ ਆਪਣੇ ਆਪ ਨੂੰ ਦੱਸਦੇ, ਪਰ ਉਹਨਾਂ ਦੇ ਨਾਲ ਜਿਹੜੀ ਗੱਲ ਕੀਤੀ ਗਈ ਉਸ ਵੇਲੇ ਉਹਨਾਂ ਨੇ ਦੱਸਿਆ ਇਹੀ ਗੱਲ ਦੱਸੀ ਗਈ ਆ ਵੀ ਉਹ ਜਿਹੜੇ ਇੱਕ ਆਮ ਘਰਾਂ ਦੇ ਜਿਹੜੇ ਲੜਕੇ ਆ, ਕੋਈ ਪੱਤਰਕਾਰ ਭਾਈਚਾਰੇ ਨਾਲ ਕੋਈ ਪੱਤਰਕਾਰਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਦੇ ਨਾਲ, ਇਸ ਸੰਬੰਧੀ ਕੀ ਕਹਿਣਾ ਚਾਹੁੰਦੇ? ਉਹਨਾਂ ਦੇ ਜੀ ਉਹਨਾਂ ਦਾ ਹੁਣ ਆਪਣਾ ਦੇਖੋ ਜੀ, ਉਹਨਾਂ ਦੇ ਅਲੱਗ ਅਲੱਗ ਥਾਣੇ ਦੇ ਵਿੱਚ ਕੇਸ ਚੱਲਣ ਦਏ ਆ। ਕੋਈ ਚਿੱਟਾ ਵੇਚਦਾ ਤੇ ਕੋਈ ਨਸ਼ਾ ਆਪ ਖੁਦ ਵੀ ਕਰਦੇ ਆ। ਹੁਣ ਮੈਨੂੰ ਨਹੀਂ ਉਹਨਾਂ ਦਾ ਪਤਾ ਕਿ ਉਹ ਕੀ ਕਰਦੇ ਕੀ ਪਏ ਆ। ਸਾਡੇ ਤੇ ਜਿਹੜੀ ਐਲੀਗੇਸ਼ਨ ਲੱਗਦੇ ਪਏ ਆ ਇਹ ਤਾਂ ਅਸੀਂ ਜਾਣ ਬੁੱਝ ਕੇ ਆ, ਮੈਨੂੰ ਤਾਂ ਇਹਨਾਂ ਮੈਂ ਤਾਂ ਜਾਣਦਾ ਵੀ ਨਹੀਂ, ਜਾਂ ਤਾਂ ਸਾਡੀ ਆਪਸ ਵਿੱਚ ਰੰਜਿਸ਼ ਹੋਵੇ ਜੀ, ਮੈਂ ਪਹਿਲੀ ਵਾਰੀ ਉਹਨਾਂ ਨੂੰ ਦੇਖਿਆ ਜੀ ਅੱਜ। ਪ੍ਰੂਫ ਸੀਗਾ ਵੀਡੀਓ ਦਾ ਗੈਸ ਕੱਢਣ ਦਾ, ਤੇ ਉਹਨਾਂ ਨੇ ਮਤਲਬ ਜਦੋਂ ਫੜਿਆ ਗਿਆ ਤੇ ਉਹਨਾਂ ਨੇ ਫੋਨ ਤੋੜ ਦਿੱਤਾ ਉਹਨਾਂ ਦਾ। ਫੋਨ ਦਾ ਤਾਂ ਮੈਨੂੰ ਪਤਾ ਨੀ, ਪਬਲਿਕ ਨੇ ਮਤਲਬ ਇਹਨਾਂ ਤੋਂ ਲੁੱਟ ਖੋਹ ਜਦੋਂ ਕਰਦੇ ਸੀਗੇ ਇਹ, ਅੱਛਾ ਜੀ, ਉਦੋਂ ਬਚਾਉਂਦੇ ਬਚਾਉਂਦੇ ਇਹਨਾਂ ਟੁੱਟ ਗਿਆ ਹੋਣਾ, ਇਹਦੇ ਬਾਰੇ ਮੈਨੂੰ ਨਹੀਂ ਪਤਾ। ਠੀਕ ਹੈ। ਅਤੇ ਹੁਣ ਜਿਹੜੀ ਤੁਸੀਂ ਦੱਸ ਰਹੇ ਹੋ 2900 ਰੁਪਏ ਦੀ ਜਿਹੜੀ ਆ ਸਿਲੰਡਰ ਵੀ ਖੋਇਆ, ਕੰਪਲੇਂਟ ਵੀ ਜਿਹੜੀ ਦਰਜ ਦਿੱਤੀ, ਕੈਸ਼ ਵੀ ਖੋਇਆ, ਇਹਦੇ ਸੰਬੰਧੀ ਕੋਈ ਥਾਣੇ ਵਗੈਰਾ ਦੇ ਵਿੱਚ ਐਪਲੀਕੇਸ਼ਨ ਪਾਈ ਆ? ਹਾਂਜੀ, ਦਿੱਤੀ ਹੈ ਜੀ। ਅਤੇ ਪੁਲਿਸ ਦੇ ਵੱਲੋਂ ਕੀ ਤੁਹਾਡਾ ਪੱਖ ਰੱਖ ਲਿਆ? ਉਹ ਤਾਂ ਕੰਪਲੇਂਟ ਉਹਨਾਂ ਨੇ ਦਰਜ ਕਰ ਲਈ ਹੈ, ਪੁੱਛ ਗਿੱਛ ਦੀ ਕਾਰਵਾਈ ਕਹਿੰਦੇ ਕਰਾਂਗੇ ਅਸੀਂ। ਅੱਛਾ ਜੀ। ਅਸੀਂ ਥਾਣਾ ਡਿਵੀਜ਼ਨ ਜਿਹੜੀ ਹੈਗੀ ਆ 7 ਨੰਬਰ 'ਚ ਅਸੀਂ ਦੇ ਦਿੱਤਾ, ਉਹਨਾਂ ਦੀ ਨੌਲੇਜ ਵਿੱਚ ਗੱਲ ਲੈ ਕੇ ਆਉਂਦੀ ਆ। ਠੀਕ ਹੈ ਜੀ, ਡਿਵੀਜ਼ਨ ਨੰਬਰ 7। ਹਾਂਜੀ, ਠੀਕ ਹੈ ਜੀ। ਅਤੇ ਮੌਕੇ 'ਤੇ ਕੋਈ ਉਸ ਵੇਲੇ ਜਦੋਂ ਇਹ ਵਾਕਿਆ ਹੋਇਆ ਕੋਈ ਪੁਲਿਸ ਅਧਿਕਾਰੀ ਮੌਕੇ 'ਤੇ ਗਿਆ ਸੀ ਕਿ ਨਹੀਂ? ਗਿਆ ਸੀ, 7 ਨੰਬਰ ਵਾਲੇ ਆਏ ਸੀ। ਠੀਕ ਹੈ। ਮੇਰੇ ਬ੍ਰਦਰ ਦਾ ਦੰਦ ਤੋੜ ਦਿੱਤਾ ਆ,
ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਜਿਹੜੇ ਲੋਕਾਂ ਨੂੰ ਗੈਸ ਕੱਢ ਕੇ ਦਿੰਦੇ ਆ ਸਿਲੰਡਰ, ਗਰੀਬ ਲੋਕ ਪਤਾ ਨੀ ਕਿੱਦਾਂ ਕਰਕੇ 1000 ਦਾ ਸਿਲੰਡਰ ਭਰਾਉਂਦੇ ਆ, ਉਹਨਾਂ ਨੂੰ ਅੱਧੋ ਡੂੜ ਦਿੰਦੇ ਆ, ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਗਰੀਬਾਂ ਨੂੰ ਲੁੱਟਦੇ ਆ, ਜੇ ਕੋਈ ਆਵਾਜ਼ ਕਰਦਾ ਗਰੀਬਾਂ ਤੇ, ਜੇ ਕੋਈ ਆਵਾਜ਼ ਕਰਦਾ ਉਹਦੇ ਲਈ ਕੋਈ ਗਲਤ ਗੱਲ ਨੀ, ਸਹੀ ਗੱਲ ਆ। ਜੇ ਇਹ ਗਏ ਸੀ ਕਿ ਤੁਸੀਂ ਗਰੀਬਾਂ ਨੂੰ ਕਿਉਂ ਲੁੱਟਦੇ ਆ, ਤੇ ਉਹਨਾਂ ਨੇ ਰਲ ਕੇ ਇਹਨਾਂ ਨੂੰ ਕੁੱਟਿਆ, 15-20 ਬੰਦੇ ਨੇ ਹਮਲਾ ਕੀਤਾ, ਤੇ ਸਾਨੂੰ ਇਨਸਾਫ ਚਾਹੀਦਾ। ਤੁਸੀਂ ਉੱਥੇ ਕਰਨ ਕੀ ਗਏ ਸੀਗੇ ਜਿਸ ਸਮੇਂ ਇਹ ਪੂਰੀ ਵਾਰਦਾਤ ਹੋਈ, ਉਸ ਟਾਈਮ ਕਰਦੇ ਕੀ ਪਏ ਸੀਗੇ? ਅਸੀਂ ਤਾਂ ਕਿੱਦਾਂ ਪਤਾ ਚੱਲਿਆ ਕਿ ਗੈਸ ਕੱਢ ਦੇ ਵੇ? ਸਾਡੇ ਰਿਸ਼ਤੇਦਾਰ ਦਾ ਸਿਲੰਡਰ ਆਉਂਦਾ ਸੀਗਾ, ਅਸੀਂ ਜਸਟ ਨੋਰਮਲ ਉਹਨਾਂ ਨੂੰ ਇਹ ਕਹਿਣ ਗਏ ਸੀਗੇ ਵੀ ਘੱਟ ਸਿਲੰਡਰ ਸੀਗਾ ਯਾਰ, ਚੇਂਜ ਕਰ ਲਿਓ। ਚੇਂਜ ਕਰਦੇ ਕਰਦੇ ਅਸੀਂ ਦੇਖਿਆ ਤੇ ਉਹ ਗੈਸ ਕੱਢਣ ਡਏ ਆ। ਅਸੀਂ ਗੈਸ ਕੱਢਦੇ ਨਹੀਂ, ਰੋਡ ਤੇ ਕੱਢਦੇ ਪਏ ਸੀ, ਰੋਡ ਤੇ ਕੱਢਦੇ ਪਏ, ਸ਼ਰਿਆਮ ਕੱਢਦੇ ਪਏ। ਸਿਲੰਡਰ ਘਾ ਦੇਣਾ ਸੀ ਘਰੇ? ਨਹੀਂ, ਘਰੇ ਦੇਣ ਨਹੀਂ ਸਰ, ਪਹਿਲਾਂ ਸਾਡੇ ਘਰੇ ਦੇਣ ਆਏ ਸੀਗੇ, ਤੇ ਉਹ ਘੱਟ ਸਿਲੰਡਰ ਸੀਗਾ। ਅਸੀਂ ਸਿਰਫ ਕੰਪਲੇਂਟ ਲਿਖਾਉਣ ਗਏ ਸੀਗੇ, ਕਹਿਣ ਗਏ ਸੀਗੇ ਵੀ ਸਿਲੰਡਰ ਘੱਟ ਆ ਤੇ ਵੀ ਚੇਂਜ ਕਰ ਦਿਓ। ਚੇਂਜ ਕਰਦੇ ਕਰਦੇ ਬਸ ਇੱਦਾਂ ਹੀ ਹੋ ਗਿਆ।